सुननी जिंदे अकलां वाली है समझ लवीए फेत, सुननी जिंदे अकलां वाली है समझ लवीए फेत, तेरी हस्ती है दां जिदा मुठी दे विच रेत। जे तेज चलना है तो कल्ले चलो, जे लंबा चलना है तो साथ नाल चलो। मैनू लगता है कि सानू जिंदगी नू भी इसे तरह दे नाल ही जीना चाहिए है, क्योंकि उतार चढ़ा जड़े ये जिंदगी का हिस्सा ने। पीटीसी ने बहुत सपोर्ट किया है, दिल्ली सोनी जिंदे की सारी टीम वालों बहुत बहुत धन्यवाद। हैलो आदाब, सत श्री अकाल, मैं हाँ थोड़ी अपनी रितिका नाल ते स्वागत करती हाँ उस शो दे विच जिथे असी हर वार थानू रूबरू करवांदे हाँ नए उभरदे सितारिया दे नाल। ते अज दे मेरे खास मेहमान ने जिन्हां दे गाने हुंदे ने बहुत ही खूब, ते नाम है उन्हां दा याकूब। स्वागत है साडे शो फर्स्ट लुक दे विच। किवें हो तुसी याकूब? मैं बिल्कुल ठीक हां जी, सत श्री अकाल। और पीटीसी नेटवर्क देख रहे दुनिया भर दे श्रोतियां नूं, दर्शकां नूं मेरा सत श्री अकाल। सब तो पहला तो बहुत बहुत मुबारकां थोड़े गाने दे लई, थैंक यू, जो कि बहुत ज़्यादा वधिया जा रहा है, फैनस वालों बहुत पसंद किया जा रहा है। थोड़ा किवें दा एक्सपीरियंस रहा इस गाने नूं शूट करना? सब तो पहला शुरुआत असी तुहाडे गाने दे नाल ही करांगे, किन्नी डिफिकल्टीज तुसी फेस कीती जदों इस गाने दा शूट कर रहे सी तुसी? मैनूं बड़ा मज़ेदार सवाल तुहाडा जिहड़ा पहला ही लग्गिया। ये बिल्कुल इस गल्ल च कोई शक नहीं हैगा, क्योंकि साडा ये विजन सीगा जिहड़े बेसिकली मेरे डायरैक्टर साहब परमिंदर विरदी साहब उन्हां दे सिरे सिरा जांदा आ कि जिहड़ा वीडियो हैगा, क्योंकि असीं चाहुंदे सी कि जिहड़ा आडियो हैगा आ ये थोड़ा डिफरेंट साउंड करदा आ, ते जिहड़ी गाने दी लुक होवे ओह भी पंजाब दी है ना, ना होवे जां पंजाब तों बाहर दी होवे। फिर असीं दिल्ली बारे असीं सोचिया और 3-4 दिन असीं इहनूं शूट कीता और बड़ा मज़ा भी आया और बड़ियां मुसीबतां दा सामना भी करना पिया, क्योंकि गर्मी बहुत ज़्यादा सी। असीं तकरीबन अप्रैल दे विच इहनूं शूट कीता सीगा, बहुत ज़्यादा गर्मी सीगी उस टाइम। और दूसरी गल जिहड़ी मैनूं इह याद है कि असीं 3 दिन दे विच, मैंने याद है 7-8 घंटे सुते होने सारी टीम। अच्छा, रात देर तक भी असं शूट करते रहते सी, सवेरे अर्ली मॉर्निंग उठ के तैयार होना, सैट के उत्ते पहुँचना। ਸੋ ਕਾਫੀ ਹਾਰਡ ਵੀ ਸੀ, ਮਜ਼ੇਦਾਰ ਵੀ ਸੀ, ਬੜੇ ਸਾਰੇ ਕਿੱਸੇ ਵੀ ਆ ਇਹਦੇ ਨਾਲ ਜੁੜੇ ਹੋਏ। ਤੇ ਤੁਸੀਂ ਹੁਣ ਗੱਲਾਂ ਕੀਤੀਆਂ ਕਿ ਮਜ਼ੇਦਾਰ ਕਿੱਸੇ ਨੇ, ਹੈ ਨਾ, ਤੇ ਹੋ ਜਾਏ ਫਿਰ ਥੋੜੀ ਮਜ਼ੇਦਾਰ ਕਿੱਸੇ ਜਿਹੜੇ ਤੁਹਾਨੂੰ ਯਾਦ ਨੇ ਹੁਣ ਸ਼ੂਟ ਕੀਤਾ ਹੈ ਜਿਹੜਾ ਤੁਸੀਂ ਉੱਥੇ। ਇਹਦੇ ਮਜ਼ੇਦਾਰ ਜੇ ਕਿੱਸੇ ਮੈਨੂੰ ਲੱਗਦਾ ਹੈ ਕਿ ਬਹੁਤ ਹੀ ਜ਼ਿਆਦਾ ਨੇ, ਕਿਉਂਕਿ ਇੱਕ ਇੱਕ ਪਲ ਜਿਹੜਾ ਮਜ਼ੇਦਾਰ ਸੀਗਾ। ਪਰ ਹਰ ਚੀਜ਼ ਚੰਗੀ ਹੀ ਲੱਗਦੀ ਆ। ਇੱਕ ਤਾਂ ਸਾਨੂੰ ਇਹ ਬੜਾ ਸੀਗਾ ਕਿ ਜਿਵੇਂ ਸ਼ੂਟ ਕਰਦੇ ਸਮੇਂ ਹੈ ਨਾ ਜੀ ਗਰਮੀ ਬਹੁਤ ਜ਼ਿਆਦਾ ਸੀਗੀ, ਕੋਈ ਖਾਣੇ ਦੀ ਚਿੰਤਾ ਨਹੀਂ, ਕੋਈ ਸਾਨੂੰ ਪਾਣੀ ਦਾ ਧਿਆਨ ਨਹੀਂ ਹੈਗਾ ਕਿਸੇ ਚੀਜ਼ ਦਾ ਵੀ, ਹੈ ਨਾ। ਔਰ ਜਿਹੜੀਆਂ ਮੁਸ਼ਕਲਾਂ ਮੈਨੂੰ ਲੱਗਦਾ ਇਹਦੇ ਵਿੱਚ ਜ਼ਿਆਦਾ ਸੀਗਾ। ਕਈ ਵਾਰੀ ਆਪਾਂ ਜਦੋਂ ਗਾਣਾ ਦੇਖਦੇ ਹਾਂ ਤਾਂ ਸੁਣ ਲੱਗਦਾ 3-4 ਮਿੰਟ ਦਾ, 5 ਮਿੰਟ ਦਾ ਗਾਣਾ ਲੰਘ ਗਿਆ, ਪਰ ਉਹਦੇ ਪਿੱਛੇ ਜਿਹੜੀ ਮਿਹਨਤ ਹੁੰਦੀ ਆ ਉਹ ਬਹੁਤ ਜ਼ਿਆਦਾ ਹੁੰਦੀ ਆ। ਤੁਸੀਂ ਦਿੱਲੀ ਦੇ ਟ੍ਰੈਫਿਕ ਨੂੰ ਸਮਝਦੇ ਆ, ਰੂਲਸ ਨੂੰ ਸਮਝਦੇ ਹਾਂ ਹਰ ਚੀਜ਼ ਨੂੰ, ਕਿਉਂਕਿ ਇੱਕ ਲੋਕੇਸ਼ਨ ਤੋਂ ਦੂਸਰੀ ਲੋਕੇਸ਼ਨ 'ਤੇ ਚਾਹੇ ਅਸੀਂ ਪਰ ਸੈਕਿੰਡਸ ਦੇ ਹਿਸਾਬ ਨਾਲ ਜਿਹੜੇ ਸ਼ਾਰਟ ਲੱਗੇ ਨੇ ਇਹ ਗਾਣੇ ਦੇ ਵਿੱਚ, ਇਹ ਅਸੀਂ ਕਈ ਕਈ ਘੰਟੇ ਸਾਨੂੰ ਟਰੈਵਲ ਕਰਦੇ ਹਾਂ ਲੰਘ ਜਾਂਦਾ ਸੀਗਾ। ਕਈ ਜਗ੍ਹਾ ਐਸੀਆਂ ਸੀਗੀਆਂ ਕਿ ਫਨੀ ਬੜੇ ਸਾਰੇ ਉੱਥੇ ਜਿਹੜੇ ਹੋਏ ਸੀਨ ਉਹ ਵੀ ਮੈਮਰੀਜ਼ ਬਣ ਕੇ ਰਹਿ ਗਈਆਂ। ਮੈਂ ਅੱਜ ਵੀ ਜਦੋਂ ਗਾਣਾ ਦੇਖਦਾ ਤਾਂ ਮੈਨੂੰ ਬੜਾ ਯਾਦ ਆਉਂਦਾ ਕਿ ਯਾਰ ਇੱਥੇ ਆ ਵੀ ਹੋਇਆ ਸੀਗਾ, ਇੱਥੇ ਆ ਵੀ ਹੋਇਆ ਸੀਗਾ, ਇੱਥੇ ਆ ਵੀ ਹੋਇਆ ਸੀਗਾ, ਹੈ ਨਾ। ਜਿਵੇਂ ਇੱਕ ਬੜਾ ਮਜ਼ੇਦਾਰ ਕਿੱਸਾ ਸੀਗਾ, ਅਸੀਂ ਸੀ ਪੀ 'ਚ ਸ਼ੂਟ ਕਰਦੇ ਪਏ ਸੀਗੇ ਅਤੇ ਅਸੀਂ ਟ੍ਰੈਫਿਕ ਦੇ ਵਿੱਚ ਕਾਫੀ ਰਸ਼ ਵਾਲੀ ਜਗ੍ਹਾ ਦੇ ਵਿੱਚ ਸ਼ੂਟ ਕਰਦੇ ਪਏ ਸੀਗੇ, ਅਤੇ ਮੈਨੂੰ ਅੱਜ ਵੀ ਉਹ ਜੇ ਤੁਸੀਂ ਉਹ ਵੀਡੀਓ ਦਾ ਸ਼ਾਟ ਦੇਖੋਗੇ, ਮੈਂ ਇੱਕ ਪਿਲਰ ਦੇ ਨਾਲ ਖੜਾ ਜਿੱਥੇ ਗਿਟਾਰ ਪਲੇ ਕਰਦਾ ਪਿਆ। ਬਹੁਤ ਹੀ ਘੱਟ ਸੈਕਿੰਡਸ ਦਾ ਸ਼ਾਟ ਆ, ਹਾਂਜੀ, ਪੂਰਾ ਜਿਹੜਾ ਵੀਡੀਓ ਹੈਗਾ ਉਹਦੇ ਸ਼ਾਟ ਇਸੇ ਤਰ੍ਹਾਂ ਹੀ ਨਹੀਂ। ਅਸੀਂ ਸ਼ੂਟ ਸਾਡੇ ਕੋਲ ਫੁਟੇਜ ਇੰਨੀ ਜ਼ਿਆਦਾ ਸੀ ਕਿ ਸਾਡੇ ਪਰਮਿੰਦਰ ਵਿਰਦੀ ਸਾਹਿਬ ਖੁਦ ਪਜ਼ਲ ਸੀਗੇ ਕਿ ਮੈਂ ਕੀ ਕੱਟਾ ਕੀ ਲਗਾਵਾਂ, ਹੈ ਨਾ ਜੀ, ਕਿਉਂਕਿ ਸਿੰਕ ਬੇਸ ਗਾਣਾ ਸੀਗਾ, ਰਨ ਬੇਸ ਗਾਣਾ ਸੀਗਾ ਪੂਰੇ ਦਾ ਪੂਰਾ। ਔਰ ਮੈਨੂੰ ਯਾਦ ਆ ਮੈਂ ਆਪਣੇ ਡਾਇਰੈਕਟਰ ਸਾਹਿਬ ਮੇਰੇ ਮਜ਼ੇ ਨਾਲ ਕਹਿ ਰਿਹਾ ਵੀ ਫੀਲ ਪੂਰਾ ਮਜ਼ੇ ਨਾਲ ਗਾਓ, ਹੈ ਨਾ, ਜਦੋਂ ਅਸੀਂ ਡਾਇਰੈਕਟਰ ਦਾ ਹੀ ਹੁੰਦਾ ਕਿ ਵੀ ਮੂਡ 'ਚ ਆਓ, ਫੀਲ 'ਚ ਆਓ, ਫੀਲ 'ਚ, ਅਤੇ ਮੈਂ ਆਪਣੇ ਉਹੀ ਮੂਡ 'ਚ ਡਾਇਰੈਕਟਰ ਸਾਹਿਬ ਦੀ ਗੱਲ ਮੰਨ ਕੇ ਗਾ ਰਿਹਾ, ਸੁਣਨੀ ਜਿੰਦੇ ਸੁਣਨੀ ਸੁਣਨੀ ਜਿੰਦੇ ਸੁਣ, ਅਤੇ ਕਾਫੀ ਸਾਰੀ ਉੱਥੇ ਪਬਲਿਕ ਵੀ ਜਿਹਨਾਂ ਨੂੰ ਪਤਾ ਚੱਲ ਗਿਆ ਕਿ ਇਹ ਸ਼ੂਟ ਕਰਦੇ ਪਏ ਆ, ਅਤੇ ਮੈਨੂੰ ਕੁਝ ਪਤਾ ਨਹੀਂ ਉਹਦੇ ਵਿੱਚ ਬੜਾ ਉੱਪਰ ਇੱਕ ਪਾਰਟ ਆਉਂਦਾ ਹੈ ਲਾਸਟ 'ਤੇ ਜਾ ਕੇ ਗਾਣਾ ਸੁਣਨੀ ਜਿੰਦੇ, ਉਹ ਹਾਈ ਪਿੱਚ 'ਤੇ ਮੈਂ ਮਜ਼ੇ ਦੇ ਨਾਲ ਗਾ ਰਿਹਾ। ਮੈਨੂੰ ਬਾਅਦ 'ਚ ਪਤਾ ਲੱਗਿਆ ਇੱਕ ਪੁਲਿਸ ਵਾਲਾ ਆਇਆ ਉੱਥੇ, ਮੈਨੂੰ ਬਾਹੋਂ ਤੋਂ ਫੜਿਆ, ਮੈਨੂੰ ਕਹਿੰਦੇ ਚਲੋ ਬਾਹਰ ਚਲੋ ਇੱਥੇ, ਅੱਛਾ ਚੱਲਦੇ ਸ਼ੂਟ ਦੇ ਵਿੱਚ ਹੀ। ਸੋ ਉਹ ਬੜਾ ਫਨੀ ਕਿੱਸਾ ਸੀਗਾ, ਅਸੀਂ ਬੜੀ ਦੇਰ ਤੱਕ ਦੇ ਸਾਡਾ ਸਾਰਾ ਜਿਹੜਾ ਕਰਿਊ ਸੀਗਾ 8-10 ਲੋਕਾਂ ਦਾ, ਅਸੀਂ ਪਹਿਲਾਂ ਤਾਂ ਜਾ ਕੇ ਹੱਸਦੇ ਹੀ ਰਹਿ ਕੇ ਸਾਡੇ ਨਾਲ ਹੋਇਆ ਕੀ, ਕਿਉਂਕਿ ਐਕਸਪੈਕਟਡ ਨਹੀਂ ਸੀ ਉਹ ਬਿਲਕੁਲ ਵੀ ਕਿ ਸਾਡੇ ਨਾਲ ਇਦਾਂ ਵੀ ਹੋਏਗਾ।
पर सानूं बाद विच मज़ा ही आया उस गल दा, क्योंकि सारिया गाने और सारे शूट्स ते तुहाडे नाल इदां नहीं हुंदा कि है ना ये चीज़ा तुहानूं फेस करनियां पैण। फिर साडे जिहड़े क्रू वाले सीगे बंदे, साडे डायरैक्टर कहिंदे वी हुण तां अगे असीं एक दो शॉट लैनी सी पर हुण तां असीं ज़्यादा शूट करना ही करना, असीं अद्धे घंटे की बजाय ढाई तीन घंटे लगा के उत्थे फिर होर भी शूट किए। अच्छा, तो मतलब गरारी अड़ गई सी डायरैक्टर साहब जी, पंजाबी तां पंजाबी ने ना जी। जी बिल्कुल, तो बहुत वधिया लग्या तुसी उस चीज़ नू इंजॉय किया है ना, उस चीज़ नू मतलब बाद च रिग्रैट नहीं किया इदा दा होया तुहाडे नाल। तो मैं तुहानू होर पुछना चाहूँगी कि जिवें तुसी एक लोकेशन दे विच नहीं शूट किया है ना, तो किवें दा एक्सपीरियंस रहा वक्रा वक्रे लोकेशन से जाके शूट करना तुहाडा? पहला तुसी बड़ी मज़ेदार गल की, मैं उस गल ते आना चाहूँगा कि मैनू लगता है कि जिवें तुसी कहा कि रिग्रैट नहीं किया, तुसी उस चीज़ नू भी इंजॉय किया, मैनू लगता है कि सानू जिंदगी नू भी इसे तरह दे नाल ही जीना चाहिए है, क्योंकि उतार चढ़ा जिहड़े ये जिंदगी का हिस्सा ने। तो जिवें असी इस गल नूं पूरी लाइफ के नाल जोड़ लीए है ना जी, दुख सुख आना जाना घट मिल गया वध मिल गया ये सारी साड़ी जिंदगी के हिस्सा ने। और मैं अपनी जिंदगी नूं इदां ही सोचदा कि जो हो गया जो मुश्किल भी है तो सानूं लगता कि सानूं उस मुश्किल के सामने चट्टान वांगू डट जाना चाहिए है, तो अगली तैयारी शुरू कर देनी चाहिए है कि उन्होंने इंजॉय करते हुए। देखो जो थोड़े ते दुख आ गया, कोई मुसीबत या मुश्किल की घड़ी आ गई, वह तो कर तो कोई कुछ नहीं सकती, वह बदल साढ़े को यही आ कि उस माहौल दे हो जाओ, वो नाल जीना शुरू कर दो, तो खुशियाँ जिंदगी दे हर पल दे विच हर जिहड़े हालात ने तुहानूं जिंदगी मिलते, मैं लगता वो खुशियां भी लभियां जा सकदियां, दुख मुसीबतां सारा कुछ रोना धोना भी हुंदा आ। जे असीं सिर्फ रोने ते मुसीबतां नूं ही याद करदे रहांगे ते जिंदगी जिहड़ी खड़ी हो जाएगी मुसीबतां नाल भर जाएगी, पर जे उन्हां दसां मुसीबतां दे विच दुख सुख भी हैगे असीं उन्हां नूं इंजॉय करिए ते उह पल बड़ी बड़े आसानी नाल साडी ਜਿਹੜਾ ਉਹ ਹੋਰ ਵੀ ਖੂਬਸੂਰਤ ਬਣਾ ਦਿੰਦੇ ਆ ਜ਼ਿੰਦਗੀ ਨੂੰ ਔਰ ਜ਼ਿੰਦਗੀ ਲੰਘ ਜਾਂਦੀ ਆ। ਤੁਹਾਡੀ ਆ ਸੋਚ ਬਹੁਤ ਹੀ ਸੋਹਣੀ ਅਤੇ ਬਹੁਤ ਹੀ ਬਾਕਮਾਲ ਆ। ਅਤੇ ਹੁਣ ਜਿਵੇਂ ਗੱਲ ਹੋਈ ਹੈ ਨਾ ਚੈਲੇਂਜਸ ਦੀ, ਤਾਂ ਜਦੋਂ ਮੈਂ ਇੱਥੇ ਪੁੱਛਣਾ ਚਾਹੂੰਗੀ ਕਿ ਜਦੋਂ ਤੁਹਾਡੀ ਲਾਈਕ ਸ਼ੁਰੂਆਤ ਹੋਈ ਸੀ ਸਟਾਰਟਿੰਗ ਦੀ ਇਸ ਕਰੀਅਰ ਦੇ ਵਿੱਚ, ਤਾਂ ਉਹ ਕਿਵੇਂ ਦੀ ਰਹੀ ਤੁਹਾਡੀ, ਅਤੇ ਕਿੰਨਾ ਕੁ ਸਪੋਰਟ ਮਿਲਿਆ ਸੀ ਤੁਹਾਡੇ ਫੈਮਿਲੀ ਤੋਂ, ਜਿਹੜੇ ਆਲੇ ਦੁਆਲੇ ਜਿਹੜੇ ਲੋਕ ਤੁਹਾਨੂੰ ਜਾਣਦੇ ਸੀ, ਕਿੰਨਾ ਕੁ ਸਪੋਰਟ ਮਿਲਿਆ ਸੀ ਉਹਨਾਂ ਤੋਂ ਤੁਹਾਨੂੰ? ਸਫ਼ਰ ਤਾਂ ਬਹੁਤ ਮੁਸ਼ਕਲ ਹੀ ਸੀਗਾ ਜੀ, ਕਿਉਂਕਿ ਮੈਂ ਬਿਲਕੁਲ ਬਾਰਡਰ 'ਤੇ ਭਿੱਖੀ ਪਿੰਡ, ਮੇਰਾ ਪਿੰਡ ਹੈ ਜੀ LOC ਦੇ ਨੇੜੇ, ਉਹਨਾਂ ਪਿੰਡਾਂ ਤੋਂ ਨਿਕਲ ਗਏ ਹੈ ਨਾ ਜੀ, ਪਿੰਡਾਂ ਦੇ ਜਵਾਕ ਅਤੇ ਬਿਲਕੁਲ ਹੀ ਅਸੀਂ ਆਮ ਜੇ ਪਰਿਵਾਰਾਂ ਦੇ ਵਿੱਚੋਂ ਨਿਕਲੇ ਹੋਏ, ਅਤੇ ਮੈਨੂੰ ਲੱਗਦਾ ਕਿ ਜੋ ਅੱਜ ਇੱਥੇ ਬੈਠਾ ਆ ਸੁਣਨੀ ਜਿੰਦੇ ਅਸੀਂ ਗਾਣਾ ਕੀਤਾ ਆ, ਦਲਜੀਤ ਸਿੰਘ ਜੀ ਵਰਗੇ ਮਿਊਜ਼ਿਕ ਡਾਇਰੈਕਟਰ ਨੇ, ਪਰਮਿੰਦਰ ਵਰਗੇ ਵਿਰਦੀ ਵਰਗੇ ਜਿਹੜੇ ਉਹਦੇ ਵੀਡੀਓ ਡਾਇਰੈਕਟਰ ਨੇ, ਔਰ PTC ਜੇ ਉਹਨੂੰ ਰਿਲੀਜ਼ ਕਰ ਰਿਹਾ ਗਾਣੇ ਨੂੰ, ਤਾਂ ਮੈਨੂੰ ਲੱਗਦਾ ਇਹ ਮੇਰੀ ਆਪਣੇ ਆਪ 'ਚ ਇਹ ਪ੍ਰਾਪਤੀ ਆ, ਉਹ ਜਿਹੜਾ ਸਟਰਗਲ ਸੀਗਾ ਉਹਦਾ ਜਿਹੜਾ ਹਿੱਸਾ ਆ ਹੈ ਨਾ ਜੀ। ਸੋ ਮੈਂ ਇਸ ਚੀਜ਼ ਕਰਕੇ ਉਸ ਟਾਈਮ ਨੂੰ ਵੀ ਯਾਦ ਕਰਕੇ ਇਹਨੂੰ ਜ਼ਿਆਦਾ ਮਜ਼ਾ ਕਰਦਾ ਹਾਂ ਕਿ ਕਿੱਥੋਂ ਚੱਲੇ ਸੀਗੇ ਅਤੇ ਸਫ਼ਰ ਵੱਧਦੇ ਵੱਧਦੇ ਹੁਣ ਇਹਨੂੰ ਇੰਜੋਏ ਕਰ ਰਿਹਾ, ਸਭ ਕੁਝ ਠੀਕ ਹੈ, ਚੰਗਾ ਲੱਗ ਰਿਹਾ। ਅਤੇ ਜਿਵੇਂ ਹੁਣ ਗੱਲ ਹੋਈ ਹੈ ਨਾ ਕਿੱਥੋਂ ਚੱਲੇ ਸੀ ਤੁਸੀਂ, ਜੇ ਤੁਸੀਂ ਉਸ ਤੋਂ ਬਾਅਦ, ਕਿਉਂਕਿ ਬਹੁਤ ਲੋਕਾਂ ਨੂੰ ਨਹੀਂ ਪਤਾ ਹੁੰਦਾ ਹੈ ਨਾ ਕਿ ਉਹਨਾਂ ਦਾ ਫਸਟ ਲਾਈਕ ਫਸਟ ਟਰੈਕ ਕਿਹੜਾ ਸੀ, ਕਿਉਂਕਿ ਕਈ ਵਾਰ ਇੱਦਾਂ ਹੁੰਦਾ ਕਿ ਸਾਡਾ ਫਸਟ ਟਰੈਕ ਉਹਨਾਂ ਜ਼ਿਆਦਾ ਹਿੱਟ ਨਹੀਂ ਹੋ ਪਾਉਂਦਾ ਜਿਸ ਦੇ ਬਾਰੇ ਲੋਕਾਂ ਨੂੰ ਸ਼ਾਇਦ ਨਹੀਂ ਪਤਾ ਹੁੰਦਾ, ਤੁਸੀਂ ਉਹਦੇ ਇੱਦਾਂ ਦਾ ਕੁਛ ਤੁਹਾਡੀ ਲਾਈਫ ਦੇ ਵਿੱਚ ਕੋਈ ਇੱਦਾਂ ਦਾ ਟਰੈਕ ਹੋਇਆ ਸੀ? ਹਾਂਜੀ, ਮੈਂ ਜਦੋਂ ਪਿੰਡ ਤੋਂ ਨਿਕਲਿਆ ਸੀਗਾ ਅਤੇ ਕਾਫੀ ਸਾਲ ਲੱਗ ਗਏ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਹੈ ਨਾ ਆਮ ਪਰਿਵਾਰਾਂ ਦੇ ਵਿੱਚੋਂ ਹਾਂ, ਅਤੇ ਖੁਦ ਕੁਲ ਤਾਂ ਇੰਨੇ ਜ਼ਿਆਦਾ ਜਿਹੜੇ ਸੋਰਸਿਸ ਨਹੀਂ ਸੀਗੇ, ਅਤੇ ਕੋਈ ਨਾ ਕੋਈ ਪ੍ਰੋਡਿਊਸਰ ਦੀ ਭਾਲ 'ਚ ਸੀਗਾ ਮੈਂ, ਕੋਈ ਨਾ ਕੋਈ ਮਿਲ ਜਾਵੇ ਅਤੇ ਕਿਤੇ ਨਾ ਕਿਤੋਂ, ਪਰ ਜਿਵੇਂ ਕਹਿੰਦੇ ਨਾ ਤੁਸੀਂ ਮਿਹਨਤ ਕਰਦੇ ਰਹੋ, ਬਸ ਮਿਹਨਤ ਕਰਦੇ ਰਹੋ ਅਤੇ ਤੁਹਾਨੂੰ ਖੁਦ ਨਹੀਂ ਪਤਾ ਚੱਲਦਾ ਵੀ ਕਦੋਂ ਤੁਹਾਡੇ ਨਾਲ ਚੀਜ਼ਾਂ ਜਿਹੜੀਆਂ ਕੁਦਰਤ ਜੋੜਨੀਆਂ ਸ਼ੁਰੂ ਕਰ ਦਿੰਦੀਆਂ, ਕਦੋਂ ਤੁਹਾਡੇ ਲਈ ਰਸਤੇ ਜਿਹੜੇ ਉਹ ਖੁੱਲ੍ਹਣੇ ਸ਼ੁਰੂ ਹੋ ਜਾਂਦੇ ਆ। ਅਤੇ ਮੈਨੂੰ ਯਾਦ ਹੈ ਮੈਂ ਇੱਕ ਲਾਈਵ ਸ਼ੋਅ 'ਚ ਗਾ ਰਿਹਾ ਸੀਗਾ, ਅਤੇ ਮੀਆਂ ਬਖਤਾਵਰ ਸਾਹਿਬ ਜਿਨ੍ਹਾਂ ਨੇ ਉਹ ਪਹਿਲੀ ਐਲਬਮ ਮੇਰੀ ਲਿਖੀ ਸੀਗੀ ਰਾਂਝਣ ਮੇਰਾ ਰੱਬ ਹੈ ਨਾ ਜੀ, ਉਹਨਾਂ ਦੇ ਉਹ ਚੀਫ ਗੈਸਟ ਸੀਗੇ ਅਤੇ ਉਹਨਾਂ ਨੂੰ ਲੱਗਾ ਕਿ ਮੁੰਡਾ ਵਧੀਆ ਗਾਉਂਦਾ ਆ, ਅਤੇ ਅਸੀਂ ਫਿਰ ਮਿਲੇ, ਉਹਨਾਂ ਨੇ ਬੜਾ ਐਪਰੀਸ਼ੀਏਟ ਕੀਤਾ, ਫਿਰ ਆਪਣੇ ਗਾਣੇ ਦਿੱਤੇ ਮੈਨੂੰ, ਮੈਂ ਕੰਪੋਜ਼ ਕੀਤੀ, ਅਤੇ ਉਸ ਤਰੀਕੇ ਨਾਲ ਫਿਰ ਮੇਰਾ ਪਹਿਲਾ ਬ੍ਰੇਕ ਬਣਿਆ ਰਾਂਝਣ ਮੇਰਾ ਰੱਬ ਦਾ। ਔਰ ਮੈਂ ਇਸ ਗੱਲ ਨੂੰ ਖੁਸ਼ ਹਾਂ, ਨੋਨ ਕਮਰਸ਼ੀਅਲ ਕਹਿ ਸਕਦੇ ਹਾਂ, ਕਿਉਂਕਿ ਬਿਲਕੁਲ ਉਹਦੇ 'ਚ ਸਿੰਗਿੰਗ ਵੀ ਇਸ ਤਰ੍ਹਾਂ ਦੀ ਸੀ, ਉਹਦੀਆਂ ਕੰਪੋਜੀਸ਼ਨਸ ਜਿਹੜੀਆਂ ਸੀਗੀਆਂ ਉਹ ਇਸੇ ਤਰ੍ਹਾਂ ਦੀਆਂ, ਜਿਹੜਾ ਗਾਣਾ ਸੀਗਾ ਉਹ ਵੀ ਸਾਰਾ ਮੀਆਂ ਬਖਤਾਵਰ ਸਾਹਿਬ ਇੱਕ ਵੱਡਾ ਨਾਂ ਆ ਪੰਜਾਬ ਦਾ, ਔਰ ਪਤਾ ਹੈ ਸਭ ਨੂੰ ਕਿ ਉਹ ਸੂਫੀ ਹੀ ਲਿਖਦੇ ਆ, ਅਤੇ ਉਹ ਪਹਿਲਾਂ ਹੀ ਮੈਨੂੰ ਮੌਕਾ ਇਸ ਤਰ੍ਹਾਂ ਦਾ ਮਿਲਿਆ। ਅਤੇ ਜਿਵੇਂ ਸਾਰੇ ਜਣੇ ਕਹਿੰਦੇ ਆ ਕਿ ਹੁਣ ਵੀ ਤੁਸੀਂ ਸੂਫੀ ਗਾਉਣੇ ਆ ਜਾਂ ਮੈਂ ਇੱਦਾਂ ਦਾ ਕਰਦਾ ਹਾਂ, ਅਸਲ 'ਚ ਮੈਨੂੰ ਇਹੀ ਚੀਜ਼ਾਂ ਲੱਗਦੀਆਂ ਵੀ ਕੁਦਰਤ ਨੇ ਤੁਹਾਡੇ ਵਾਸਤੇ ਉਹ ਪਲਾਨ ਕਰਤੀਆਂ ਸਾਰੀਆਂ ਚੀਜ਼ਾਂ। ਮੈਨੂੰ ਫਸਟ ਬ੍ਰੇਕ ਹੀ ਇਸ ਤਰ੍ਹਾਂ ਦਾ ਮਿਲਿਆ, ਆਪਸ਼ਨ ਮੇਰੇ ਕੋਲ ਹੈ ਨਹੀਂ ਸੀਗੀ ਕਿ ਮੈਂ ਨਾ ਕਰਾਂ, ਕਿਉਂਕਿ ਮੈਨੂੰ ਤਾਂ ਚਾਂਸ ਚਾਹੀਦਾ ਸੀਗਾ ਨਾ ਕਿ ਕੋਈ ਪ੍ਰੋਡਿਊਸਰ ਮਿਲੇ, ਜੋ ਵੀ ਮਿਲ ਗਿਆ ਮੈਂ ਕਰਤਾ ਉਸ ਟਾਈਮ। ਔਰ ਲੋਕਾਂ ਨੇ ਉਹ ਕਬੂਲ ਦਿਆ, ਰਾਂਝਣ ਮੇਰਾ ਰੱਬ ਜਿਹੜਾ ਪਹਿਲਾਂ ਹੀ ਮੇਰਾ ਗਾਣਾ ਸੀਗਾ ਉਹਨੂੰ ਚੰਗੀ ਤਾਰੀਫ ਮਿਲੀ, ਜਿਹੜਾ ਸੀਗਾ ਲੋਕਾਂ ਨੇ ਸਰਾਇਆ। ਅਤੇ ਉਸ ਤੋਂ ਬਾਅਦ ਦੇ ਵਿੱਚ ਉਸੇ ਐਲਬਮ ਦਾ ਦੂਸਰਾ ਗਾਣਾ ਸੀਗਾ, ਇੱਕ ਮੂਵੀ ਆਈ ਸੀ ਮਿੱਟੀ ਨਾ ਫਰੋਲ ਜੋਗੀ ਆ,
ਉਹਦੇ ਵਿੱਚ ਗਾਣਾ ਸੀਗਾ ਮੈਨੂੰ ਮੇਥੋਂ ਮੌਲਾ ਪਰੇ ਨਾ ਕਰ ਮੁੱਦਾਂ ਦੇ ਜ਼ਖਮ ਹਰੇ ਨਾ ਕਰ। ਉਸ ਟਾਈਮ ਵੀ PTC ਨੇ ਮੈਨੂੰ ਬੜਾ ਪ੍ਰਮੋਟ ਕੀਤਾ ਸੀਗਾ ਔਰ ਇਹਦੇ ਥਰੂ ਹੀ ਚੈਨਲ ਦੇ ਥਰੂ ਹੀ ਜਿਹੜੇ ਪ੍ਰੋਡਿਊਸਰ ਡਾਇਰੈਕਟਰ ਸੀ ਉਹਨਾਂ ਨੇ ਉਹ ਗਾਣਾ ਸੁਣਿਆ ਅਤੇ ਉਹਨਾਂ ਨੂੰ ਚੰਗਾ ਲੱਗਾ, ਉਹ ਉਸ ਮੂਵੀ ਦਾ ਹਿੱਸਾ ਬਣ ਗਿਆ। ਸੋ ਉਸੇ ਐਲਬਮ ਦੇ ਨਾਲ ਪਹਿਲਾ ਗਾਣਾ ਮੇਰਾ ਮੂਵੀ ਦੇ ਵਿੱਚ ਵੀ ਆ ਗਿਆ ਐਜ਼ ਏ ਸਿੰਗਰ। ਸੋ ਮੈਨੂੰ ਪਹਿਲਾਂ ਮੇਰਾ ਬ੍ਰੇਕ ਅੱਛਾ ਹੀ ਰਿਹਾ, ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਕੁਦਰਤ ਦਾ ਸਾਰਿਆਂ ਦਾ। ਅਤੇ ਜਿੱਥੇ ਹੁਣ ਤੁਸੀਂ ਗੱਲ ਕੀਤੀ ਹੈ ਨਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹੋ ਤੁਸੀਂ ਕੁਦਰਤ ਦਾ, ਅਤੇ ਤੁਹਾਡੇ ਲਈ ਮਤਲਬ ਲੱਕ ਅਤੇ ਸਕਸੈਸ ਲਾਈਕ ਕਿੰਨਾ ਕੁ ਇਕੁਅਲ ਇੰਪੋਰਟੈਂਸ ਰੱਖਦੀ ਆ, ਕਿ ਮਤਲਬ ਬੰਦੇ 'ਚ ਕਿਸਮਤ ਹੋਣੀ ਚਾਹੀਦੀ ਆ ਉਹਦੇ ਕੋਲ ਜਾਂ ਉਹਦੇ ਕੋਲ ਲਾਈਕ ਕੈਪੇਬਿਲਿਟੀ ਹੋਣੀ ਚਾਹੀਦੀ ਆ? ਮੈਂ ਵੇਖੋ ਜੀ, ਇਹ ਸਭ ਦੇ ਆਪਣੇ ਵੱਖਰੇ ਵੱਖਰੇ ਵਿਚਾਰ ਨੇ, ਜੋ ਕਿਸੇ ਨੂੰ ਚੰਗਾ ਲੱਗਦਾ ਉੱਦਾਂ ਹੀ ਕਰਦਾ, ਉੱਦਾਂ ਹੀ ਸੋਚਦਾ। ਪਰ ਮੇਰੀ ਪਰਸਨਲ ਜਿਹੜੀ ਵਿਚਾਰ ਹੈਗੀ ਆ, ਮੈਂ ਕਿਸਮਤ 'ਚ ਬਿਲਕੁਲ ਵਿਸ਼ਵਾਸ ਨਹੀਂ ਕਰਦਾ, ਕਿਉਂਕਿ ਜੇ ਤੁਸੀਂ ਕਿਸਮਤ ਦੇ ਉੱਤੇ ਸਹਾਰੇ ਬੈਠਾ ਰਹਿੰਦਾ ਤਾਂ ਮੈਨੂੰ ਲੱਗਦਾ ਮੈਂ ਅੱਜ ਤੁਹਾਡੇ ਨਾਲ PTC ਵਰਗੇ ਵੱਡੇ ਪਲੇਟਫਾਰਮ ਦੇ ਉੱਤੇ ਬੈਠ ਕੇ ਅਤੇ ਇੱਦਾਂ ਇੰਟਰਵਿਊ ਨਾ ਕਰ ਰਿਹਾ ਹੁੰਦਾ, ਹੈ ਨਾ। ਕਿਉਂਕਿ ਮੈਂ ਤਾਂ ਹਾਰਡ ਵਰਕ ਹੀ ਕੀਤਾ, ਅੱਜ ਵੀ ਕਰ ਰਿਹਾ ਔਰ ਕਰਦਾ ਰਹਾਂਗਾ, ਇਸੇ ਦੇ ਵਿੱਚ ਹੀ ਮੈਨੂੰ ਕਾਮਯਾਬੀ ਮਿਲੀ ਆ ਔਰ ਮੈਂ ਇਸੇ ਚੀਜ਼ 'ਚ ਵਿਸ਼ਵਾਸ ਰੱਖਦਾ ਔਰ ਮੈਨੂੰ ਲੱਗਦਾ ਕਿ ਹਾਰਡ ਵਰਕ ਹੀ ਜ਼ਿਆਦਾ ਜ਼ਰੂਰੀ ਹੈ ਕਿਸਮਤ ਨਾਲ। ਹੋ ਸਕਦਾ ਬੜੇ ਸਾਰੇ ਲੋਕ ਜਿਹੜੇ ਕਿਸਮਤ 'ਚ ਵਿਸ਼ਵਾਸ ਰੱਖਦੇ ਆ, ਕਿਸਮਤ ਵੀ ਜ਼ਰੂਰੀ ਹੋ ਸਕਦੀ ਹੈ ਕਿਤੇ ਨਾ ਕਿਤੇ, ਮੈਂ ਇਸ ਗੱਲ ਨੂੰ ਝੁਟਲਾਉਂਦਾ ਨਹੀਂ, ਪਰ ਮੈਨੂੰ ਲੱਗਦਾ ਕਿਸਮਤ ਤੋਂ ਜ਼ਰੂਰੀ ਹਾਰਡ ਵਰਕ ਹੈ। ਬਹੁਤ ਵਧੀਆ ਲੱਗਿਆ ਕਿ ਤੁਹਾਡੀ ਇਹ ਸੋਚ ਆ ਕਿ ਕਿਸਮਤ ਤੋਂ ਜ਼ਿਆਦਾ ਵਧੀਆ ਲਾਈਕ ਜ਼ਰੂਰੀ ਹਾਰਡ ਵਰਕ ਆ, ਕਿਉਂਕਿ ਇੱਕ ਇਨਸਾਨ ਨੂੰ ਉਹਦੀ ਹਾਰਡ ਵਰਕ ਹੀ ਅੱਗੇ ਲੈ ਕੇ ਜਾਂਦੀ ਆ। ਕਿਸਮਤ ਹੋਣੀ ਵੀ ਚਾਹੀਦੀ ਹੈ ਕਿਸਮਤ, ਬਟ ਉਹਦੀ ਹਾਰਡ ਵਰਕ, ਉਹਦੀ ਡੈਡੀਕੇਸ਼ਨ ਹੀ ਉਹਨੂੰ ਅੱਗੇ ਲੈ ਕੇ ਜਾਂਦੀ ਹੈ। ਅਤੇ ਉਸੇ ਕਰਕੇ ਤੁਸੀਂ ਅੱਜ ਇੱਥੇ ਆਪਣੇ ਸੌਂਗ ਦੇ ਲਈ ਸੁਣੀ ਜਿੰਦੇ ਦੇ ਲਈ ਬੈਠੇ ਹੋ, ਅਤੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਉਸ ਸੌਂਗ ਦੇ ਲਈ। ਥੋੜ੍ਹੀ ਜਿਹੀ ਲਾਈਨ ਹੋ ਜਾਵੇ ਉਸ ਸੌਂਗ ਦੀ। ਸੁਣਨੀ ਜਿੰਦੇ ਰੂਹ ਨੂੰ ਪਹਿਲਾਂ ਨਾਲ ਮੁਹੱਬਤ ਹਸਤੀ ਐਦਾਂ ਜਿੱਦਾਂ ਮੁੱਠੀ ਦੇ ਵਿੱਚ ਰੇਤ, ਸੁਣਨੀ ਜਿੰਦੇ ਸੁਣਨੀ ਸੁਣਨੀ ਜਿੰਦੇ ਸੁਣ ਸੁਣਨੀ ਜਿੰਦੇ ਸੁਣਨੀ ਸੁਣਨੀ ਜਿੰਦੇ ਸੁਣ। ਯਾਕੂਬ, ਤੁਸੀਂ ਗਾਣਾ ਤਾਂ ਗਾਉਂਦੇ ਹੀ ਹੋ, ਹੈ ਨਾ, ਅਤੇ ਤੁਸੀਂ ਕਈ ਗਾਣੇ ਲਿਖੇ ਵੀ ਨੇ, ਅਤੇ ਕੋਈ ਇਹੋ ਜਿਹਾ ਕੋਈ ਪ੍ਰੋਜੈਕਟ ਜੋ ਤੁਹਾਡੇ ਲਈ ਬਹੁਤ ਖਾਸ ਰਿਹਾ ਹੋਵੇ? ਗਾਣੇ ਤਾਂ ਚਾਹੇ ਜਿੰਨੇ ਗਾਏ ਆ ਜਾਂ ਜਿੰਨੇ ਲਿਖੇ ਵੀ ਆ ਜੀ, ਸਾਰੇ ਖਾਸ ਹੀ ਹੁੰਦੇ ਤੁਹਾਡੀ ਜ਼ਿੰਦਗੀ ਦੇ, ਹੈ ਨਾ, ਕਿਉਂਕਿ ਤੁਹਾਨੂੰ ਚੰਗਾ ਲੱਗਦਾ, ਤੁਸੀਂ ਉਹਦੇ ਨਾਲ ਜੁੜੇ ਹੁੰਦੇ ਹੋ। ਅਤੇ ਪਰ ਮੈਨੂੰ ਲੱਗਦਾ ਕਿ ਮੈਂ ਐਜ਼ ਏ ਰਾਈਟਰ ਕਦੇ ਸਾਹਮਣੇ ਆਇਆ ਨਹੀਂ, ਮੈਨੂੰ ਲੱਗਦਾ ਮੈਂ ਰਾਈਟਰ ਹੈ ਵੀ ਨਹੀਂ। ਪਰ ਕਈ ਵਾਰੀ ਟੀਮ ਦੇ ਨਾਲ ਮਿਲ ਕੇ ਤੁਹਾਡੀਆਂ ਐਸੀਆਂ ਕੋਈ ਚੀਜ਼ਾਂ ਜਿਨ੍ਹਾਂ ਨੂੰ ਸਾਹਮਣੇ ਆਉਣ ਦਾ ਮੌਕਾ ਮਿਲ ਜਾਂਦਾ ਹੈ। ਅਤੇ ਲਿਖੇ ਕਾਫੀ ਸਾਰੀਆਂ ਮੂਵੀਜ਼ ਦੇ ਵਿੱਚ ਮੇਰੇ ਗਾਣੇ ਆਏ, ਜਿਵੇਂ ਮੈਂ ਕਿਹਾ ਕਿ ਮੈਂ ਘੱਟ ਸਾਹਮਣੇ ਆਉਣਾ ਜਾਂ ਦੱਸਦਾ ਨਹੀਂਗਾ। ਅਤੇ ਪਰ ਉਹਨਾਂ ਦੇ ਵਿੱਚੋਂ ਮੈਨੂੰ ਜਿਹੜਾ ਇੱਕ ਬੜਾ ਚੰਗਾ ਲੱਗਦਾ ਆ, RSVP ਮੂਵੀ ਆਈ ਸੀਗੀ, ਉਹਦਾ ਇੱਕ ਬੜਾ ਮਕਬੂਲ ਗਾਣਾ ਹੋਇਆ ਸੀਗਾ, ਮੈਂ ਤੁਹਾਡਾ ਉਹਦਾ ਜ਼ਿਕਰ ਜ਼ਰੂਰ ਕਰ ਦਿੰਦਾ ਹਾਂ। ਚੰਨਾ ਵੇ ਦੂਰੀਆਂ ਮੈਂ ਨਾ ਚਾਵਾਂ, ਤੇਰੇ ਬਿਨ ਮੈਂ ਮਰ ਜਾਵਾਂ। ਦੂਰੀਆਂ ਮੈਂ ਨਾ ਚਾਵਾਂ, ਤੇਰੇ ਬਿਨ ਮੈਂ ਮਰ ਜਾਵਾਂ। ਕਿ ਤੂੰ ਮੇਰੇ ਦਿਲ ਦੀਆਂ ਜਾਣਦਾ। ਚੰਨਾ ਵੇ ਹਾਣੀਆਂ ਮੈਰ ਮਾਂ ਰਾਂਝਣਾ। ਸੋ ਜਦੋਂ ਇਹ ਰਿਲੀਜ਼ ਹੋਇਆ ਸੀ ਤਾਂ ਬੜਾ ਸਕਸੈਸ ਹੋਇਆ, ਉਸ ਤੋਂ ਬਾਅਦ ਪਹਿਲਾਂ ਮੈਂ ਨਹੀਂ ਦੱਸਿਆ, ਪਰ ਬਾਅਦ 'ਚ ਮੇਰਾ ਦਿਲ ਕਰਦਾ ਸੀ ਵੀ ਲੋਕਾਂ ਨੂੰ ਪਤਾ ਲੱਗੀ ਯਾਰ ਇਹ ਮੈਂ ਲਿਖਿਆ ਜੀ, ਪਤਾ ਲੱਗੇ ਕਿ ਹਾਂ ਇਹ ਮੇਰਾ ਲਿਖਿਆ ਹੋਇਆ ਗਾਣਾ। ਇਸ ਤੋਂ ਇਲਾਵਾ ਲਾਈਕ ਤੁਸੀਂ ਕਿਸੇ ਹੋਰ ਦੇ ਲਈ ਵੀ ਗਾਣੇ ਲਿਖੇ ਨੇ ਅੱਜ ਤੱਕ? ਕਾਫੀ ਸਾਰੀਆਂ, ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਕਿਰਦਾਰੇ ਸਰਦਾਰ ਇੱਕ ਮੂਵੀ ਸੀ, ਉਹਦੇ 'ਚ ਨੂਰਾ ਸਿਸਟਰ ਜੀ ਨੇ ਇੱਕ ਗਾਣਾ ਗਾਇਆ ਸੀਗਾ, ਮੇਰਾ ਲਿਖਿਆ ਸੀਗਾ ਇੱਕ ਵਾਰੀ। ਹੁਣ ਰੀਸੈਂਟਲੀ ਕੁਝ ਸਮਾਂ ਪਹਿਲਾਂ
ਨੂਰਾ ਸਿਸਟਰ ਜੀ ਦਾ ਇੱਕ ਸੋਲੋ ਟਰੈਕ ਆਇਆ ਸੀ, ਮੋਟੀਵੇਸ਼ਨਲ ਟਰੈਕ ਸੀਗਾ, ਉਹ ਮੇਰਾ ਲਿਖਿਆ ਹੋਇਆ ਸੀਗਾ। ਹੁਣ ਜਿਵੇਂ ਤੁਸੀਂ ਸੂਫੀ ਸਿੰਗਿੰਗ ਦੇ ਵਿੱਚ ਹੋ, ਹੈ ਨਾ, ਤੁਹਾਡਾ ਲਹਿਜ਼ਾ ਉਹਦੇ 'ਚ ਆ, ਅਤੇ ਤੁਹਾਨੂੰ ਕੀ ਲੱਗਦਾ ਕਿ ਲਾਈਕ ਜਿਵੇਂ ਅੱਜ ਕੱਲ੍ਹ ਫਿਊਜ਼ਨ ਸੌਂਗਸ ਆ ਰਹੇ ਨੇ, ਅਤੇ ਤੁਸੀਂ ਉਸ ਚੀਜ਼ ਨਾਲ ਐਕਸਪੈਰੀਮੈਂਟ ਹੋਣਾ, ਮਤਲਬ ਐਕਸਪੈਰੀਮੈਂਟ ਕਰਨਾ ਚਾਹੋਗੇ ਜਾਂ ਕੋਈ ਆਪਣੀ ਇਹੋ ਜਿਹੀ ਲਾਈਕ ਰੂਟ ਦੇ ਨਾਲ ਜੁੜੇ ਰਹਿਣਾ ਚਾਹੋਗੇ ਜਿਹੜਾ ਸੂਫੀ ਸੌਂਗ? ਨਹੀਂ ਦੇਖੋ, ਮੈਂ ਤਾਂ ਜੀ ਪਿਛਲੇ ਮੇਰੇ ਖਿਆਲ ਨਾਲ 8-9 ਸਾਲ ਪਹਿਲਾਂ ਮੇਰੀ ਐਲਬਮ ਆਈ ਸੀਗੀ, ਅਤੇ ਮੈਂ ਤਾਂ ਉਹ ਚੀਜ਼ ਨੂੰ ਜਿਹੜਾ ਆ ਉਹ ਪ੍ਰੂਵ ਕਰਕੇ ਦਿਖਾ ਰਿਹਾ ਰੂਟ ਨਾਲ ਜੁੜਨ ਵਾਲੀ ਜਿਹੜੀ ਗੱਲ ਹੈ, ਹੈ ਨਾ ਜੀ। ਕਿਉਂਕਿ ਤੁਸੀਂ ਮੇਰੇ ਗਾਣੇ ਚੈੱਕ ਕਰ ਲਓ, ਮੇਰਾ ਕੰਟੈਂਟ, ਮੇਰੇ ਵੀਡੀਓ, ਮੇਰੇ ਲਿਰਿਕਸ, ਕੁਛ ਵੀ ਚੈੱਕ ਕਰੋ, ਮੈਂ ਤਾਂ ਕਰਕੇ ਦਿਖਾ ਰਿਹਾ, ਸਿਰਫ ਗੱਲਾਂ ਨਹੀਂ ਕਰ ਰਿਹਾ। ਜਿਹੜੀ ਤੁਸੀਂ ਫਿਊਜ਼ਨ ਦੀ ਗੱਲ ਕੀਤੀ ਆ, ਉਹ ਮੈਨੂੰ ਲੱਗਦਾ ਕਿ ਜ਼ਰੂਰ ਮੈਂ ਕਰਨਾ ਚਾਹੂੰਗਾ ਔਰ ਕਰਨਾ ਚਾਹੀਦਾ ਵੀ ਆ। ਕਿਉਂਕਿ ਤੁਸੀਂ ਜੇ ਅੱਜ ਦੇ ਟਾਈਮ ਦੀ ਗੱਲ ਕਰ ਲਓ, ਤਾਂ ਫਿਊਜ਼ਨ ਇੱਕ ਐਸੀ ਚੀਜ਼ ਹੈਗੀ ਆ ਕਿ ਅੱਜ ਦੀ ਡੇਟ ਦੇ ਵਿੱਚ ਲੋਕ ਗੁਲਾਮ ਅਲੀ ਖਾਨ ਸਾਹਿਬ ਨੂੰ, ਨੁਸਰਤ ਫਤਿਹ ਅਲੀ ਖਾਨ ਸਾਹਿਬ ਨੂੰ ਦੁਬਾਰਾ ਸੁਣਨਾ ਸ਼ੁਰੂ ਕਰ ਗਏ, ਹੈ ਨਾ ਜੀ। ਮੈਨੂੰ ਲੱਗਦਾ ਕਿ ਕੋਈ ਵੀ ਤਰੀਕਾ, ਕੋਈ ਵੀ ਸਟਾਈਲ ਜਿਹੜਾ ਹੈਗਾ ਆ ਉਹ ਬੁਰਾ ਨਹੀਂ ਹੈਗਾ, ਉਹ ਚੰਗਾ ਹੀ ਆ ਸਮੇਂ ਦੇ ਹਿਸਾਬ ਦੇ ਨਾਲ। ਸਾਨੂੰ ਖਿਆਲ ਇਸ ਚੀਜ਼ ਦਾ ਰੱਖਣਾ ਚਾਹੀਦਾ ਕਿ ਜਿਹੜਾ ਕੰਟੈਂਟ ਆ, ਯਾਨੀ ਕੰਟੈਂਟ ਦਾ ਤੋਂ ਮੇਰਾ ਭਾਵ ਆ ਕਿ ਸ਼ੁਰੂਆਤ ਕੰਟੈਂਟ ਦੀ ਹੁੰਦੀ ਹੈ, ਸ਼ਬਦਾਵਲੀ ਤੋਂ। ਸ਼ਬਦਾਵਲੀ ਚੰਗੀ ਰਹੇ, ਅੱਜ ਜੇ ਫਿਊਜ਼ਨ ਦੇ ਵਿੱਚ ਲੋਕ ਨੁਸਰਤ ਸਾਹਿਬ ਨੂੰ ਸੁਣਨਗੇ, ਤਾਂ ਨੁਸਰਤ ਸਾਹਿਬ ਦਾ ਕੀ ਸੁਣਨਗੇ? ਉਹਨਾਂ ਨੇ ਤਾਂ ਚੰਗਾ ਹੀ ਗਾਇਆ, ਚੰਗੀ ਗਾਇਕੀ ਸੁਣਨਗੇ, ਚੰਗੀ ਸ਼ਾਇਰੀ ਸੁਣਨਗੇ। ਅਤੇ ਇਸ ਗੱਲ ਦੀ ਖੁਸ਼ੀ ਆ ਕਿ ਯੂਥ ਹੋ ਸਕਦਾ ਸੀ ਜੇ ਹਾਰਮੋਨੀਅਮ ਔਰ ਤਬਲੇ ਦੇ ਨਾਲ ਨੁਸਰਤ ਸਾਹਿਬ ਨੂੰ ਸੁਣਨਾ ਹੁੰਦਾ, ਨਾ ਸੁਣਦਾ ਜਿਹੜਾ ਯੂਥ ਸੀ, ਪਰ ਉਹ ਫਿਊਜ਼ਨ ਦੇ ਨਾਲ ਉਹਨਾਂ 'ਤੇ ਐਕਸਪੈਰੀਮੈਂਟ ਹੋ ਰਿਹਾ, ਅੱਜ ਗੱਡੀਆਂ 'ਚ ਦੁਬਾਰਾ ਵੱਜ ਰਿਹਾ, ਅਤੇ ਇਹ ਮੈਨੂੰ ਲੱਗਦਾ ਇਹ ਚੰਗੀ ਗੱਲ ਹੀ ਆ। ਅਤੇ ਆਪਾਂ ਇੱਕ ਛੋਟਾ ਜਿਹਾ ਗੇਮ ਜਿਹੀ ਆਪਾਂ ਕਰ ਲਈਏ ਤੁਹਾਡੇ ਨਾਲ ਜੀ? ਬਿਲਕੁਲ, ਗੇਮ ਮੈਨੂੰ ਕਰਨੀ ਆਈ ਨਹੀਂ ਜ਼ਿੰਦਗੀ ਦੇ ਵਿੱਚ ਵੈਸੇ ਕੋਈ। ਨਹੀਂ, ਬਸ ਨੋਰਮਲ ਕੁਐਸਚਨਸ ਹੋਣਗੇ, ਤੁਸੀਂ ਉਹਨਾਂ ਤੋਂ ਲਾਈਕ ਬਸ ਆਪਣੀਆਂ ਗੱਲਾਂ ਦੱਸਣੀਆਂ ਕਿ ਕੀ ਤੁਹਾਨੂੰ ਸਭ ਤੋਂ ਵਧੀਆ ਲੱਗਦਾ ਕਿ ਨਹੀਂ ਵਧੀਆ ਲੱਗਦਾ, ਬਸ। ਠੀਕ ਹੈ ਜੀ, ਚਲੋ ਮੈਂ ਕੋਸ਼ਿਸ਼ ਕਰਾਂਗਾ ਜੀ। ਅਤੇ ਇਹੋ ਜਿਹੀ ਕੋਈ ਚੀਜ਼ ਜਿਸ ਤੋਂ, ਜਿਹਦੇ ਨਾਲ ਤੁਹਾਨੂੰ ਸਭ ਤੋਂ ਜ਼ਿਆਦਾ ਡਰ ਲੱਗਦਾ ਹੈ, ਲਾਈਕ ਕੋਈ ਵੀ ਇਹੋ ਜਿਹੀ ਚੀਜ਼ ਜਿਸ ਤੋਂ ਤੁਸੀਂ, ਤੁਹਾਨੂੰ ਡਰ ਲੱਗਦਾ? ਇਹੋ ਜਿਹਾ ਵੈਸੇ ਜ਼ਿਆਦਾ ਤਾਂ ਕੁਛ ਨਹੀਂ, ਕਿਉਂਕਿ ਮੈਨੂੰ ਤਾਂ ਕਰੇਜ਼ ਮਿਊਜ਼ਿਕ ਦਾ ਹੀ ਆ, ਅਤੇ ਮੈਨੂੰ ਇਹ ਹੁੰਦਾ ਹੈ ਕਿ ਕੋਈ ਵੀ ਲਾਈਫ ਦਾ ਇਹੋ ਜਿਹਾ ਟਾਈਮ ਨਾ ਆਵੇ ਕਿ ਮੈਂ ਮਿਊਜ਼ਿਕ ਤੋਂ ਦੂਰ ਹੋ ਜਾਂ, ਕਿਉਂਕਿ ਮੈਨੂੰ ਹਰ ਵੇਲੇ ਮਿਊਜ਼ਿਕ ਕਿਸੇ ਵੀ ਤਰੀਕੇ ਦੇ ਨਾਲ ਤਾਂ ਚਾਹੀਦਾ ਹੀ ਆ, ਚਾਹੇ ਕੰਪੋਜ਼ ਕਰਦੇ ਹੋਵੋ, ਚਾਹੇ ਗਾਉਂਦੇ ਹੋਵੋ, ਚਾਹੇ ਲਾਈਵ ਪਰਫਾਰਮ ਕਰਦੇ ਹੋਵੋ, ਮਿਊਜ਼ਿਕ ਤੋਂ ਮੈਨੂੰ ਲੱਗਦਾ ਕਿ ਦੂਰ ਨਹੀਂ ਹੋਣਾ ਚਾਹੀਦਾ ਮੈਂ ਕਿਸੇ ਤਰੀਕੇ ਨਾਲ ਵੀ। ਅਤੇ ਤੁਹਾਡੀ ਲਾਈਫ ਦੀ ਕੋਈ ਇਹੋ ਜਿਹੀ ਕੋਈ ਵੀ ਚੀਜ਼ ਜਾਂ ਇਨਸਾਨ ਜਿਸ ਨੂੰ ਤੁਸੀਂ ਹਮੇਸ਼ਾ ਆਪਣੇ ਕੋਲ ਰੱਖਣਾ ਚਾਹੋਗੇ, ਜਾਂ ਜੇ ਤੁਹਾਡੇ ਤੋਂ ਵੱਖ ਹੋ ਜਾਵੇ ਜਾਂ ਦੂਰ ਹੋ ਜਾਵੇ, ਕੋਈ ਚੀਜ਼ ਵੀ ਹੋ ਸਕਦੀ ਆ, ਤੁਹਾਨੂੰ ਦੁੱਖ ਹੋਊਗਾ ਉਸ ਚੀਜ਼ ਦਾ? ਉਹ ਤਾਂ ਬੜੇ ਸਾਰੇ ਲੋਕ ਨੇ ਤੁਹਾਡੇ, ਤੁਹਾਡਾ ਪਰਿਵਾਰ ਵੀ ਹੈ, ਤੁਹਾਡੇ ਯਾਰ ਦੋਸਤ ਮਿੱਤਰ ਨੇ, ਐਸੇ ਲੋਕ ਨੇ ਜਿਨ੍ਹਾਂ ਦਾ ਮੇਰੀ ਜ਼ਿੰਦਗੀ 'ਚ ਬੜਾ ਸਾਰਾ ਯੋਗਦਾਨ ਹੈਗਾ, ਜਿਨ੍ਹਾਂ ਨੇ ਬੜਾ ਮੈਨੂੰ ਪੁਸ਼ ਕੀਤਾ ਹੈ, ਜਿਨ੍ਹਾਂ ਨੇ ਬੜਾ ਸਾਥ ਦਿੱਤਾ ਹੈ, ਹੈ ਨਾ। ਉਹ ਬਹੁਤ ਸਾਰੇ ਲੋਕ ਨੇ, ਔਰ ਉਹ ਮੇਰੇ ਵਾਸਤੇ ਨਹੀਂ, ਮੈਂ ਪੂਰੀ ਦੁਨੀਆ ਦੇ ਲੋਕਾਂ ਵਾਸਤੇ ਇਹ ਅਰਦਾਸ ਕਰਾਂਗਾ, ਇਹ ਦੁਆ ਕਰਾਂਗਾ ਕਿ ਉਹ ਜਿਹਦੇ ਜਿਹਦੇ ਵੀ ਹੋਣ ਉਹਨਾਂ ਦੇ ਨਾਲ ਰਹਿਣ ਅਤੇ ਉਹ ਸਲਾਮਤ ਰਹਿਣ, ਕਿਉਂਕਿ ਇਹ ਬੜੀਆਂ ਵੱਡੀਆਂ ਖੁਸ਼ੀਆਂ ਹੁੰਦੀਆਂ ਆ। ਕਿਉਂਕਿ ਮੈਂ ਕਿਸੇ ਜਗ੍ਹਾ 'ਤੇ ਪੜ੍ਹਿਆ ਸੀਗਾ, ਮੈਨੂੰ ਯਾਦ ਆ ਰਿਹਾ ਕਿ ਜੇ ਤੇਜ਼ ਚੱਲਣਾ ਆ ਤਾਂ ਇਕੱਲੇ ਚੱਲੋ, ਜੇ ਲੰਬਾ ਚੱਲਣਾ ਆ ਤਾਂ ਸਾਥ ਨਾਲ ਚੱਲੋ। ਸੋ ਸਾਥ ਸਾਰਿਆਂ ਦਾ ਹੋਣਾ ਜ਼ਰੂਰੀ ਹੈ ਜਿਨ੍ਹਾਂ ਲੋਕਾਂ ਦਾ, ਕਿਉਂਕਿ ਸਾਥ ਬਹੁਤ ਵੱਡੀ ਚੀਜ਼ ਆ। ਠੀਕ ਹੈ, ਇਹ ਤਾਂ ਮਤਲਬ ਲੋਕਾਂ ਦੀ ਗੱਲ ਹੋ ਗਈ, ਕੋਈ ਇੱਕ ਚੀਜ਼ ਜਿਹੜੀ ਤੁਸੀਂ ਹਮੇਸ਼ਾ ਆਪਣੇ ਕੋਲ ਰੱਖਦੇ ਹੋ, ਇੱਦਾਂ ਦੀ ਕੋਈ ਤੁਹਾਡੀ ਫੇਵਰੇਟ ਚੀਜ਼ ਮਟੀਰੀਅਲ ਜਾਂ ਕੁਛ ਇਦਾਂ ਦਾ? ਇਹ ਯਾਦਾਂ ਹੀ ਆ, ਔਰ ਰਿਆਜ਼ ਔਰ ਗਾਣਾ ਮੇਰਾ, ਜਿਹੜਾ ਮੇਰਾ ਇਹੀ ਪੈਸ਼ਨ ਹੈ ਔਰ ਮੈਨੂੰ ਹਮੇਸ਼ਾ ਨਾਲ ਰੱਖਣਾ ਚਾਹੁੰਦਾ। ਅਤੇ ਤੁਹਾਨੂੰ ਮਤਲਬ ਸਭ ਤੋਂ ਜ਼ਿਆਦਾ ਜੇ ਫੈਸ਼ਨ ਦੀ ਗੱਲ ਕਰੀਏ, ਹੈ ਨਾ, ਅਤੇ ਅੱਜ ਕੱਲ੍ਹ ਕੁੜਤਾ ਪਜਾਮਾ ਵੀ ਪਾਉਂਦੇ ਨੇ ਮੁੰਡੇ, ਜੀਨਸ ਵੀ ਪਾਉਂਦੇ ਨੇ, ਤੁਸੀਂ ਕਿਹੜੀ ਚੀਜ਼ ਪ੍ਰੈਫਰ ਕਰਦੇ ਹੋ? ਮੈਂ ਕਿਸੇ ਵੀ ਚੀਜ਼ ਨੂੰ ਲੈ ਕੇ ਜਿਹੜਾ ਆ ਨਹੀਂ, ਇੱਦਾਂ ਦਾ ਮੇਰਾ ਕੁਛ ਨਹੀਂ ਹੈਗਾ, ਕਿਉਂਕਿ ਜਿਵੇਂ ਅਸੀਂ ਰਾਂਝੇ ਨੂੰ ਮੇਰਾ ਰੱਬ ਕੀਤੀ ਸੀਗੀ, ਅਤੇ ਜਿਹੜੇ ਸਾਡੇ ਪ੍ਰੋਡਿਊਸਰ ਸੀ ਮੀਆਂ ਬਖਤਾਵਰ ਸਾਹਿਬ ਅਤੇ ਸ਼ਿਵਤਾਰ ਜੀ ਡਾਇਰੈਕਟਰ ਸੀ, ਉਹਨਾਂ ਨੇ ਇਹ ਕਿਹਾ ਕਿ ਯਾਰ ਇੱਕ ਨਵਾਂ ਮੁੰਡਾ ਨੂੰ ਲਾਂਚ ਕਰ ਰਹੇ ਹਾਂ, ਸੂਫੀ ਜੀ ਐਲਬਮ ਆ, ਅਤੇ ਉਹਦੇ ਵਿੱਚ ਜੇ ਤੁਸੀਂ ਮੇਰੀ ਦੇਖੋ ਡਰੈਸ 'ਤੇ, ਅਸੀਂ ਡਿਜ਼ਾਈਨਰਸ ਦੇ ਨਾਲ ਮਿਲ ਕੇ ਪਹਿਲਾਂ ਪੁਰਾਣੇ ਸੂਫੀਆਂ ਦਾ, ਉਹਦੇ ਵਿੱਚ ਚੋਲਾ ਸੀਗਾ, ਸਲਵਾਰ ਪਾਈ ਸੀ, ਗੋਲ ਮੈਂ ਪਗੜੀ ਬੰਨ੍ਹੀ ਸੀ, ਉਦੋਂ ਕਿਸੇ ਨੂੰ ਇਹ ਨਹੀਂ ਸੀ ਪਤਾ, ਇੱਕ ਤਾਂ ਨਾਮ ਮੇਰਾ ਇਸ ਤਰ੍ਹਾਂ ਦਾ, ਉਤੋਂ ਮੇਰੀ ਲੁੱਕ ਕੋਈ ਇਹ ਕਹਿੰਦਾ ਨਹੀਂ ਸੀ ਇਹ ਪੰਜਾਬ ਦਾ ਮੁੰਡਾ ਆ, ਮੈਂ ਉਹ ਵੀ ਕਰ ਲਿਆ, ਹੈ ਨਾ ਜੀ। ਉਸ ਤੋਂ ਬਾਅਦ ਦੇ ਵਿੱਚ ਕੁਝ ਇੱਕ ਗਾਣੇ ਮੈਂ ਸਲਵਾਰ ਕਮੀਜ਼ ਨਾਲ ਕੀਤੇ। ਇਸ ਵਾਰੀ ਜਿਹੜਾ ਡਰੈਸ ਦਾ ਤੁਸੀਂ ਬੜਾ ਸੋਹਣਾ ਸਵਾਲ ਕੀਤਾ, ਜਿਹੜੇ ਸਾਡੇ ਡਾਇਰੈਕਟਰ ਸਾਹਿਬ ਸੀ ਉਹ ਕਹਿੰਦੇ, ਮੈਨੂੰ ਇਹ ਸੀ ਕਿ ਜਿਹੜੀ ਮੇਰੀ ਟ੍ਰੈਡੀਸ਼ਨਲ ਲੁੱਕ ਆ ਜਿਹਦੇ ਵਿੱਚ ਮੈਂ ਉੱਦਾਂ ਹੀ ਨਜ਼ਰ ਆਵਾਂ, ਹੈ ਨਾ ਜੀ, ਪਰ ਜਿਹੜੇ ਮੇਰੇ ਡਾਇਰੈਕਟਰ ਸੀ ਉਹ ਕਹਿੰਦੇ ਨਾ, ਮੈਂ ਇਹ ਨਹੀਂ ਕਰਨਾ, ਮੈਂ ਚਾਹੁੰਦਾ ਹਾਂ ਕਿ ਇਸ ਵਾਰੀ ਕੁਝ ਵੱਖਰਾ ਦੇਖਣਾ ਚਾਹੀਦਾ, ਜਿਵੇਂ ਮੈਂ ਹੁਣ ਵੀ ਤੁਹਾਡੇ ਸਾਹਮਣੇ ਬੈਠਾ ਇਹਨਾਂ ਕੱਪੜਿਆਂ 'ਚ, ਜੇ ਇਹ ਨਾ ਹੁੰਦਾ, ਮੈਂ ਮਤਲਬ ਕਿਸੇ ਵੀ ਤਰ੍ਹਾਂ ਨਾਲ ਵੱਜਿਆ ਹੁੰਦਾ, ਤਾਂ ਮੈਂ ਇਸ ਵੇਲੇ ਸਲਵਾਰ ਕਮੀਜ਼ ਜਾਂ ਉਹ ਪਾ ਕੇ ਬੈਠਿਆ ਹੋਣਾ ਸੀਗਾ। ਅਤੇ ਆਖਿਰ ਦੇ ਵਿੱਚ ਅਸੀਂ ਗੱਲ ਕਰਾਂਗੇ ਤੁਹਾਡੇ ਸੌਂਗ ਦੇ ਬਾਰੇ, ਜਿਹੜਾ ਕਰਤਾਰਪੁਰ ਸਾਹਿਬ ਜਦੋਂ ਲਾਂਘਾ ਖੁੱਲ੍ਹਿਆ ਸੀ, ਉਸ ਸੌਂਗ ਦੇ ਬਾਰੇ ਤੁਸੀਂ ਕੁਛ ਆਪਣੇ ਫੈਨਸ ਨੂੰ ਦੱਸਣਾ ਚਾਹੋਗੇ?
ਜਦੋਂ ਇਹ ਮਤਲਬ ਇੰਨੇ ਸਾਲਾਂ ਦੀ ਸਾਡੀ ਜਿਹੜੇ ਪੰਜਾਬੀ ਜਾਂ ਸਿੱਖ ਕਮਿਊਨਿਟੀ ਜਾਂ ਸਾਡੇ ਗੁਰਦੁਆਰਾ ਜਿਹੜੇ ਧਰਮ ਸਥਾਨ ਹੈ ਉਹਨਾਂ 'ਚ ਅਰਦਾਸਾਂ ਹੋ ਰਹੀਆਂ ਸੀ ਕਿ ਕਾਸ਼ ਅਸੀਂ ਨਨਕਾਣਾ ਸਾਹਿਬ ਦੇ ਦਰਸ਼ਨ ਕਰ ਸਕੀਏ, ਹੈ ਨਾ ਜੀ। ਅਤੇ ਉਹਨਾਂ ਨੂੰ ਜਿਹੜੇ ਭਾਗ ਲੱਗੇ, ਬੂਰ ਲੱਗਿਆ, ਹੈ ਨਾ, ਅਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਿਆ। ਅਤੇ ਜਦੋਂ ਇਸ ਇਹ ਜਿਹੜਾ ਐਡਾ ਇਤਿਹਾਸਿਕ ਪ੍ਰੋਜੈਕਟ ਜਦੋਂ ਹੋਇਆ, ਉਹਦਾ ਜਿਹੜਾ ਪਹਿਲਾ ਗਾਣਾ ਹੋਇਆ, ਹੈ ਨਾ ਜੀ, ਉਹਦੇ ਵਿੱਚ ਜਿੱਥੇ ਬਾਕੀ ਸਿੰਗਰਾਂ ਨੇ ਗਾਇਆ, ਉਹਦੇ ਵਿੱਚ ਮੈਨੂੰ ਵੀ ਚੁਣਿਆ ਗਿਆ। ਇਹਦੇ ਵਾਸਤੇ ਮੈਂ ਜਿਹੜੇ ਸਾਡੇ ਪ੍ਰਿੰਸੀਪਲ ਭਾਈ ਸੁਖਵੰਤ ਸਿੰਘ ਜੀ ਔਰ ਡਾਕਟਰ ਸੁਰਜੀਤ ਪਾਤਰ ਸਾਹਿਬ 'ਤੇ ਮੈਂ ਬੜਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿ ਮੈਂ ਉਹਦਾ ਹਿੱਸਾ ਬਣ ਸਕਿਆ ਉਹ ਗਾਣੇ ਦਾ, ਇਹ ਲਾਂਘਾ ਦਾ। ਔਰ ਉਸ ਤੋਂ ਵੀ ਜ਼ਿਆਦਾ ਮਜ਼ੇਦਾਰ ਇਹ ਸੀ ਕਿ ਮੈਨੂੰ ਕਰਤਾਰਪੁਰ ਸਾਹਿਬ ਜਾਣ ਦਾ ਉਸ ਟੀਮ ਦੇ ਨਾਲ ਮੌਕਾ ਮਿਲਿਆ ਔਰ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਇਹ ਗਾਣਾ ਮੈਨੂੰ ਪਰਫੋਰਮ ਕਰਨ ਦਾ ਮੌਕਾ ਮਿਲਿਆ। ਸੋ ਮੇਰੇ ਵਾਸਤੇ ਇਹ ਜਿਹੜਾ ਸਭ ਤੋਂ ਸਵੀਟ ਔਰ ਜਿਹੜੀ ਆ ਉਹ ਨਾ ਭੁੱਲਣ ਯੋਗ ਜਿਹੜੀ ਆ ਮੈਮਰੀ। ਤੁਹਾਡਾ ਇਹੀ ਜਿਹੜਾ ਗਾਣਾ ਸੀ ਉਹਦੇ ਥੋੜ੍ਹੇ ਜਿਹੇ ਬੋਲ ਆਪਣੇ ਦਰਸ਼ਕਾਂ ਦੇ ਨਾਲ ਹੋ ਜਾਈਏ। ਹੋ ਮਿਲਿਆ ਮਸੀਹ ਰਸਤਾ ਦੁੱਖ ਦੇ ਜੰਗਲਾਂ ਚੋਂ, ਕਾਲੀ ਰਾਤ ਦੇ ਹਨੇਰੇ ਚੋਂ ਫਜਰ ਲੱਭੀ ਨਾਨਕ ਸ਼ਾਹ ਫਕੀਰ ਦੇ ਦਰ ਨੂੰ, ਸੋਹਣੇ ਮੁਰਸ਼ਦ ਪੀਰ ਦੇ ਦਰ ਨੂੰ, ਰਹਿਮਤ ਦੀ ਤਸਵੀਰ ਦੇ ਦਰ ਨੂੰ ਆ ਜਾਂਦਾ ਏ ਲਾਂਘਾ। ਇਹ ਲਾਂਘਾ ਮੇਰੀ ਅੱਖੀਆਂ ਦੀ ਲੋ, ਇਹ ਲਾਂਘਾ ਨਿਉਂ ਦੀ ਖੁਸ਼ਬੋ, ਇਹ ਲਾਂਘਾ ਨਿਉਂ ਦੀ ਖੁਸ਼ਬੋ, ਇਹ ਲਾਂਘਾ ਮੇਰੀ ਅਰਜੋ, ਇਹ ਲਾਂਘਾ ਮੇਰੀ ਅੱਖੀਆਂ ਦੀ ਲੋ। ਰੂਹ ਨੂੰ ਸਕੂਨ ਦੇਣ ਵਾਲਾ ਇਹ ਗਾਣਾ ਸੀ ਅਤੇ ਤੁਹਾਡੀ ਆਵਾਜ਼ ਵੀ ਉਨੀ ਹੀ ਜ਼ਿਆਦਾ ਵਧੀਆ ਸੀ। ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੁਹਾਡੇ ਅਪਕਮਿੰਗ ਪ੍ਰੋਜੈਕਟਸ ਦੇ ਲਈ, ਅਤੇ ਸਾਨੂੰ ਪੂਰੀ ਉਮੀਦ ਆ ਕਿ ਇਸੇ ਤਰ੍ਹਾਂ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋਗੇ। ਹੁਣ ਲਾਸਟ ਦੇ ਵਿੱਚ ਬਸ ਤੁਸੀਂ ਆਪਣੇ ਦਰਸ਼ਕਾਂ ਦੇ ਲਈ ਕੁਛ ਗੱਲ ਹੋ ਜਾਵੇ। ਅਖੀਰ ਦੇ ਵਿੱਚ ਮੈਂ ਜਿਹੜਾ ਸੋਨੀ ਜਿੰਦੇ ਜਿਹੜਾ ਹੁਣੇ ਰੀਸੈਂਟਲੀ ਗਾਣਾ ਰਿਲੀਜ਼ ਹੋਇਆ ਜੀ, ਹੈ ਨਾ, ਉਹਦੇ ਵਾਸਤੇ ਸ਼ੰਮੀ ਜਲੰਧਰੀ ਸਾਹਿਬ ਜੀ ਦੇ ਕੇ ਰਾਈਟਰ ਨੇ, ਦਲਜੀਤ ਸਿੰਘ ਜੀ ਮਿਊਜ਼ਿਕ ਡਾਇਰੈਕਟਰ ਔਰ ਪਰਮਿੰਦਰ ਵਿਰਦੀ ਸਾਹਿਬ ਜਿਹਦੇ ਡਾਇਰੈਕਟਰ ਨੇ, ਉਹਦੇ ਨਾਲ ਨਾਲ PTC ਨੈਟਵਰਕ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੈ ਜਿਨ੍ਹਾਂ ਦੀ ਬਦੌਲਤ ਸਭ ਦੁਨੀਆ ਦੇ ਹਰ ਕੋਨੇ ਦੇ ਵਿੱਚ ਸਾਡਾ ਜਿਹੜਾ ਗਾਣਾ ਆ ਉਹ ਪਹੁੰਚ ਰਿਹਾ ਆ। ਔਰ ਇਹਦੇ ਵਾਸਤੇ ਮੈਂ ਇੱਕ ਵੱਡਾ ਥੈਂਕਸ ਦੇਣਾ ਚਾਹੂੰਗਾ ਸਾਡੇ ਸਾਰਿਆਂ ਦੇ ਬੜੇ ਸਤਿਕਾਰਯੋਗ ਸ਼੍ਰੀ ਰਵਿੰਦਰ ਨਾਰਾਇਣ ਸਰ, ਜਿਨ੍ਹਾਂ ਦੇ ਆਸ਼ੀਰਵਾਦ ਸਦਕਾ ਔਰ ਜਿਨ੍ਹਾਂ ਦੇ ਹੁਕਮ ਸਦਕਾ ਹੈ ਜਿਹੜਾ ਗਾਣਾ ਰਿਲੀਜ਼ ਹੋ ਸਕਿਆ ਹੈ। PTC ਨੇ ਬਹੁਤ ਸਪੋਰਟ ਕੀਤਾ ਇਹਦੇ ਲਈ, ਸੋਨੀ ਜਿੰਦੇ ਦੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ। ਔਰ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਜੇ ਤੁਸੀਂ ਨਹੀਂ ਸੁਣਿਆ ਪਲੀਜ਼ ਇਸ ਗਾਣੇ ਨੂੰ ਸੁਣੋ, ਸਾਨੂੰ ਸਾਰਿਆਂ ਨੂੰ ਤੁਹਾਡੇ ਪਿਆਰ ਔਰ ਸਤਿਕਾਰ ਦੀ ਬੜੀ ਜ਼ਰੂਰਤ ਹੈ, ਇਹਨੂੰ ਸ਼ੇਅਰ ਕਰੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਹ ਸੀ ਸਾਡੇ ਨਾਲ ਯਾਕੂਬ। ਇਸੇ ਤਰ੍ਹਾਂ ਯੰਗ ਅਤੇ ਟੈਲੈਂਟਡ ਆਰਟਿਸਟ ਦੇ ਨਾਲ ਤੁਹਾਨੂੰ ਰੂਬਰੂ ਕਰਵਾਉਂਦੇ ਰਹਾਂਗੇ ਫਸਟ ਲੁੱਕ ਦੇ ਵਿੱਚ। ਉਦੋਂ ਤੱਕ ਦੇ ਲਈ ਸਤਿ ਸ਼੍ਰੀ ਅਕਾਲ।